ਪ੍ਰਸਿੱਧ ਕਹਾਣੀਕਾਰ ਗੁਰਦੇਵ ਰੁਪਾਣਾ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਰੋਟੀ 5 ਸਾਲਾਂ ਪਿੱਛੋਂ ਬਖਤੌਰੇ ਨੇ ਕਸਮ ਤੋੜ ਕੇ ਪੀਣੀ ਸ਼ੁਰੂ ਕਰ ਦਿੱਤੀ 5 ਸਾਲ ਉਸ ਨੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਦੋਸਤਾਂ ਨੇ ਤਾਨੇ ਮਾਰੇ ਯਾਰੀ ਦੇ ਵਾਸਤੇ ਪਾਏ ਪਰ ਉਸ ਨੇ ਮੂੰਹ ਨੂੰ ਨਹੀਂ ਲਾਈ ਕਿਸੇ ਪਰੌਣੇ ਤਰੌਣੇ ਨੂੰ ਨਹੀਂ ਲਿਆ ਕੇ ਦਿੱਤੀ ਕੁਝ ਨਰਾਜ਼ ਹੋਏ ਕੋ ਜੇ ਕਿਨੇ ਕਿਹਾ ਬਖਤੌਰਾ ਕੰਜੂਸ ਹੋ ਗਿਆ ਏ ਪਰ ਹੁਣ ਦਿਨ ਰਾਤ ਅੱਖ ਨਹੀਂ ਪੁੱਟਦਾ ਪੀਂਦਾ ਰਹਿੰਦਾ ਹੈ ਪਿਉਂਦਾ ਰਹਿੰਦਾ ਹੈ ਸਭ ਹੈਰਾਨ ਸਨ ਉਸ ਨੂੰ ਹੋ ਕੇ ਗਿਆ ਕੋਈ ਦੁੱਖ ਨਹੀਂ ਕੋਈ ਸਦਮਾ ਨਹੀਂ ਚੰਗੇ ਸੁਲੱਗ ਉਸ ਦੇ 3 ਪੁੱਤਰ ਸਨ ਉਹਦੇ ਹੁਕਮ ਵਿੱਚ ਰਹਿਣ ਵਾਲੇ ਚੰਗੀ ਫਸਲ ਹੁੰਦੀ ਆ ਰਹੀ ਸੀ ਵੱਡੇ ਪੁੱਤਰ ਮੱਖਣ ਦਾ ਵਿਆਹ ਕਰ ਲਿਆ ਸੀ ਉਸ ਨੇ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਚਾਰ ਪੈਸੇ ਵੀ ਜੁੜ ਗਏ ਸਨ ਤੇ ਮੱਖਣ ਟਰੈਕਟਰ ਖਰੀਦਣ ਵਾਸਤੇ ਸਲਾਹਾਂ ਕਰਦਾ ਫਿਰਦਾ ਸੀ ਅਚਾਨਕ ਬਖਤੌਰੇ ਨੇ ਪੀੜੀ ਸ਼ੁਰੂ ਕਰ ਦਿੱਤੀ ਜਿਸ ਦਿਨ ਤੋਂ ਕਸਮ ਤੋੜੀ ਉਹ ਕਰ ਨਹੀਂ ਵੜਿਆ ਖੇਤ ਵਾਲੇ ਕੋਠੇ ਵਿੱਚ ਹੀ ਉਸ ਨੇ ਜਾ ਡੇਰਾ ਲਾਇਆ ਝੂਰਾਂ ਦਾ ਦੁੰਨਾ ਟਹਿਲ ਸੇਵਾ ਵਾਸਤੇ ਰੱਖ ਲਿਆ ਪੰਜ ਚਾਰ ਖਾਊ ਯਾਰ ਹਮੇਸ਼ਾ ਉਹਦੇ ਕੋਲ ਬੈਠੇ ਰਹਿੰਦੇ ਉਸ ਦੇ ਪੀਣ ਦੇ ਢੰਗ ਦੀਆਂ ਸਿਫਤਾਂ ਕਰ ਕਰ ਉਸ ਨੂੰ ਅਸਮਾਨ ਚਾੜੀ ਜਾਂਦੇ ਉਹਦੀ ਹਾਂ ਵਿੱਚ ਹਾਂ ਮਲਾਈ ਜਾਂਦੇ ਵੱਡਾ ਕਮਰੇ ਜਿੱਡਾ ਮੁਰਗਿਆਂ ਵਾਸਤੇ ਖੁੱਡਾ ਬਣਾ ਲਿਆ ਦੁੰਨੇ ਨੇ ਮੁਰਗੇ ਲਿਆ ਛੱਡੇ ਜਿੰਨੇ ਰੋਜ਼ ਖਾਦੇ ਜਾਂਦੇ ਦੁੰਨੇ ਨੂੰ ਹੁਕਮ ਸੀ ਉਨੇ ਹੋਰ ਲਿਆ ਕੇ ਛੱਡ ਦੇਵੇ ਘਰ ਵਾਲੇ ਕਹਿੰਦੇ ਸਨ ਬਖਤੌਰੀ ਨੇ ਘਰ ਨੂੰ ਤੰਗਲੀ ਲਾ ਦਿੱਤੀ ਹੈ ਘਰ ਵਾਲਿਆਂ ਨੂੰ ਚਿੰਤਾ ਕਰਦੇ ਉਹਨੇ ਸੁਣਿਆ ਤਾਂ ਹੱਥ ਹੋਰ ਵੀ ਖੁੱਲਾ ਕਰ ਦਿੱਤਾ। ਪਾਂਤ-ਪਾਂਤ ਦੇ ਮਹਿੰਗੇ ਕੱਪੜੇ ਸਵਾਲ ਐ। ਕੋਟ, ਪੈਂਟਾਂ, ਅਚਕਨਾ ਜਿਹੜੇ ਉਹਦੇ ਪਿਓ-ਦਾਦੇ ਨੇ ਕਦੇ ਵੇਖੇ ਵੀ ਨਹੀਂ ਸਨ ਤੇ ਜਿਹੜੇ ਬਖਤੌਰੇ ਨੂੰ ਪਾਉਣੇ ਵੀ ਨਹੀਂ ਸਨੋਂਦੇ। ਨਵੇਂ ਫੈਸ਼ਨ ਦੱਸਣ ਵਾਲੇ ਉਹਦੇ ਨਾਲ ਹੋਰ ਜੁੜ ਗਏ। ਪਟਿਆਲਾ ਸ਼ਾਹੀ, ਟੋਵ ਵਾਲੀਆਂ ਪਗੜੀਆਂ ਬੰਨਣੀਆਂ, ਸੁਖਾਉਣ ਵਾਲੇ ਉਹਦੇ ਕੋਲ ਆ ਗਏ। ਬਖਤੌਰੇ ਨੂੰ ਸਲਾਹਾਂ ਦਿੱਤੀਆਂ ਜਾਣ ਲੱਗੀਆਂ। ਜੇ ਨਾ ਨਤੀਜਾ ਬਖਤੌਰੀ ਨੇ ਕਾਲੇ ਪੂਰੇ ਬੂਟ ਖਰੀਦ ਲਏ ਗੁਰਗਾਬੀਆਂ ਲੈ ਲਈਆਂ ਪਾਂਤ ਪਾਂਤ ਦੀਆਂ ਤਿੱਲੇ ਵਾਲੀਆਂ ਜੁੱਤੀਆਂ ਖਰੀਦ ਲਿਆਂਦੀਆਂ ਕਸੂਰੀ ਖੁੱਸੇ ਮੁਖਸਰੀ ਕੋਨੀਆਂ ਫਾਜ਼ਲ ਕਾਦੀਆਂ ਕੰਨਿਆਂ ਵਾਲੀਆਂ ਕਿਸੇ ਨੇ ਖਸ਼ਬੂਦਾਰ ਤੇਲ ਦਾ ਜ਼ਿਕਰ ਕਰ ਦਿੱਤਾ ਫਿਰ ਕੀ ਸੀ ਜੋ ਵੀ ਸ਼ੀਸ਼ੀ ਦੁਕਾਨ ਤੇ ਵੇਖੀ ਖਰੀਦ ਲਈ ਕਰੀਮ ਪਾਊਡਰ ਸ਼ੈਂਪੂ ਬਖਤੌਰਾ ਪੂਰੇ ਨਵਾਬੀ ਠਾਠ ਨਾਲ ਰਹਿਣ ਲੱਗ ਪਿਆ। ਉਹਦਾ ਰਮਾਲ ਠੇਕੀ ਤੇ ਜਾਂਦਾ ਤੇ ਬੋਤਲਾਂ, ਤੁਰੀਆਂ ਆਉਂਦੀਆਂ। ਕੁਝ ਪੀਤੀਆਂ ਜਾਂਦੀਆਂ, ਕੁਝ ਲੋਕ ਘਰਾਂ ਨੂੰ ਲੈ ਜਾਂਦੇ। ਇਹੋ ਹਾਲ ਉਹਦੇ ਦੂਜੇ ਸਮਾਨ ਦਾ ਸੀ। ਜਿਨ੍ਹਾਂ ਲੋਕਾਂ ਨੇ ਨਹਾਉਣ ਵਾਲਾ ਸਾਬਣ ਕਦੇ ਸੁੰਘ ਕੇ ਵੀ ਨਹੀਂ ਸੀ ਦੇਖਿਆ। ਉਹ ਤਿੰਨ ਤਿੰਨ ਵਾਰ ਮਲਦੇ। ਮੋਛਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜਦੇ। ਬਖਤੌਰੇ ਦੇ ਕੱਪੜੇ ਪਾ ਕੇ ਉਹ ਲੈ ਜਾਂਦੇ। ਇਨਾ ਖਾਉ ਯਾਰਾ ਨੇ ਅਫਵਾਹ ਵੀ ਫੈਲਾ ਦਿੱਤੀ ਕਿ ਮੱਖਣ ਬਖਤੌਰੇ ਨੂੰ ਜੂਦਾ ਨਹੀਂ ਛੱਡੇਗਾ ਆਪਣੇ ਦੋਸਤਾਂ ਨਾਲ ਸਲਾਹਾਂ ਕਰਦਾ ਉਹਨਾਂ ਨੇ ਆਪਣੀ ਕੰਨੀ ਸੁਣਿਆ ਹੈ ਹਮਦਰਦ ਦੋਸਤਾਂ ਨੇ ਸਮਝਾਉਣ ਦੇ ਯਤਨ ਕੀਤੇ ਰਿਸ਼ਤੇਦਾਰ ਆਏ ਵੱਡੀ ਭੈਣ ਨੇ ਤਰਲੇ ਕੀਤੇ ਸਾਲੇ ਨੇ ਪੈਰੀਂ ਪੱਗ ਰੱਖੀ ਪਰ ਬਖਤੌਰੇ ਨੇ ਕਿਸੇ ਦੀ ਨਾ ਮੰਨੀ ਹਰ ਇੱਕ ਨੂੰ ਇੱਕੋ ਉੱਤਰ ਦਿੰਦਾ ਰਿਹਾ ਮੈਂ ਵੀ ਬਥੇਰਾ ਸਮਝਾਇਆ ਸੀ ਮੇਰੇ ਕਹੇ ਤਾਂ ਕੋਈ ਨਾ ਸਮਝਿਆ ਕੌਣ ਨਾ ਸਮਝਿਆ ਉਹਨੂੰ ਪੁੱਛਿਆ ਜਾਂਦਾ ਆਪੇ ਆਉ ਆਪੇ ਜੇ ਨੂੰ ਸਮਝ ਆ ਗਈ ਆਪੇ ਆਉ ਆਪੇ ਮਹੀਨੇ ਇੱਕ ਦੇ ਵਿੱਚ ਵਿੱਚ ਟਰੈਕਟਰ ਵਾਸਤੇ ਰੱਖੀ ਰਕਮ ਉਹ ਪੀ ਗਿਆ ਫਿਰ ਉਹਨੇ ਐਲਾਨ ਕਰ ਦਿੱਤਾ ਉਹ ਆਪਣੀ ਪੱਕੀ ਨਹਿਰ ਵਾਲੀ ਜ਼ਮੀਨ ਵੇਚਣ ਵਾਸਤੇ ਤਿਆਰ ਹੈ ਕੋਈ ਖਾਖ ਹੋਵੇ ਤਾਂ ਉਹਦੇ ਅੱਡੇ ਉੱਤੇ ਆ ਜਾਵੇ ਸੁਣ ਕੇ ਘਰ ਵਾਲਿਆਂ ਦੇ ਭਾਦੀ ਬਣ ਗਏ ਮੱਖਣ ਰੋਟੀ ਛੱਡ ਕੇ ਬੈਠ ਗਿਆ ਉਹਨੂੰ ਸਮਝ ਨਾ ਆਵੇ ਪਿਓ ਨੂੰ ਕੀ ਹੋ ਗਿਆ ਹੈ ਪਹਿਲਾਂ ਵੀ ਪਿੰਦਾ ਰਿਹਾ ਸੀ ਪਰ ਜ਼ਮੀਨ ਨੂੰ ਦੰਦਾ ਨਹੀਂ ਸੀ ਧਰਿਆ ਤੇ ਨਾ ਹੀ ਇਸ ਤਰ੍ਹਾਂ ਨਵਾਬਾਂ ਵਾਲੇ ਤੌਰ ਤਰੀਕੇ ਅਪਣਾਏ ਸਨ ਕੀ ਕੀਤਾ ਜਾਵੇ ਜਦ ਵੀ ਉਹ ਉਹਨੂੰ ਮਿਲਣ ਵਾਸਤੇ ਗਿਆ ਸੀ ਦੂਰੋਂ ਦੇਖ ਕੇ ਹੀ ਵਕਤੌਰੇ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਆ ਗਿਆ ਮੱਖਣ ਮੈਨੂੰ ਮਾਰਨ ਵਾਸਤੇ ਆ ਗਿਆ ਮੱਖਣ ਬਿਨਾਂ ਗੱਲ ਕੀਤੇ ਹੀ ਵਾਪਸ ਪਰਤ ਆਉਂਦਾ ਤੇ ਫੇਰ ਅਗਲੇ ਦਿਨ ਔਰ ਖਬਰ ਸੁਣੀ ਸਾਰਾ ਟੱਬਰ ਪੁੰਜੀ ਲੈ ਗਿਆ ਬਖਤੌਰੇ ਨੇ ਰੋੜੀਏ ਚੌਂਕੀਦਾਰ ਦੀ ਵਿਧਵਾ ਰੱਖ ਲਈ ਸੀ ਘਰ ਵਿੱਚ ਜਵਾਨ ਧੀ ਸੀ ਨਮੀ ਨਮੀ ਨੂਹ ਆਈ ਹੋਈ ਸੀ ਏ ਕੀ ਮਾਰ ਵਗ ਗਈ ਉਹਨੂੰ ਮੱਖਣ ਹੀ ਸੋਚਿਆ ਹੁਣ ਇਸ ਘਰ ਦੀ ਖੈਰ ਨਹੀਂ ਕੁਝ ਵੇਚ ਕੇ ਵੀ ਜਾਵੇਗਾ ਤੇ ਕੁਝ ਉਸ ਵਿਧਵਾ ਦੇ ਨਾਮ ਕਰਵਾ ਦੇਗਾ ਤੇ ਉਹ ਰਹਿ ਜਾਣਗੇ ਲੋਕਾਂ ਦੇ ਸੀਰੀ ਲੱਗਣ ਜੋਗੇ ਸ਼ਰਮ ਦੇ ਮਾਰੇ ਉਹਨਾਂ ਨੂੰ ਘਰੋਂ ਨਿਕਲਣਾ ਔਖਾ ਹੋ ਗਿਆ ਆਪੇ ਆਉ ਆਪੇ ਮੱਖਣ ਨੇ ਪਿਓ ਦੀ ਗੱਲ ਯਾਦ ਕੀਤੀ ਕੌਣ ਆਉ ਤੇ ਹੁਣ ਉਹ ਵਿਧਵਾ ਲੈ ਆਇਆ ਹੈ ਹੋਵੇ ਨਾ ਹੋਵੇ ਝਗੜਾ ਕੋਈ ਬੇਬੇ ਨਾਲ ਹੀ ਹੈ ਉਹਨੇ ਸੋਚਿਆ ਮੱਖਣ ਤੇ ਬਖਤੌਰਾ ਇਕੱਠੇ ਹੀ ਖੇਤ ਵਿੱਚ ਕੰਮ ਕਰਿਆ ਕਰਦੇ ਸਨ ਭਰਾਵਾਗ ਲੱਗਦੇ ਸਨ ਤੇ ਦੋਸਤਾਂਵਾਗ ਰਹਿੰਦੇ ਸਨ ਕੰਮ ਬੰਦ ਕਰਨ ਤੋਂ ਪਹਿਲਾਂ ਬਖਤੌਰੇ ਨੇ ਚੁੱਪ ਵੱਟ ਲਈ ਸੀ ਚੁੱਪਚਾਪ ਉਹ ਗੁਆਚੀ ਗਾਂ ਵਾਂਗ ਫਿਰਦਾ ਰਹਿੰਦਾ ਇੱਕ ਦਿਨ ਉਹ ਚਾਦਰ ਤਾਣ ਕੇ ਲੇਟ ਗਿਆ ਸਾਰਾ ਦਿਨ ਖੇਤ ਨਾ ਗਿਆ ਤੇ ਅਗਲੇ ਦਿਨ ਪਤਾ ਲੱਗਿਆ ਉਹਨੇ ਪੀਣੀ ਸ਼ੁਰੂ ਕਰ ਦਿੱਤੀ ਹੈ ਮੱਖਣ ਨੇ ਯਾਦ ਕੀਤਾ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਮੱਖਣ ਦੀ ਬੋਟੀ ਮੁਕਲਾਵੇ ਤੋਂ ਦੂਜੀ ਵਾਰ ਆਈ ਹੋਈ ਸੀ ਸਾਰਾ ਪਰਿਵਾਰ ਖੁਸ਼ ਸੀ ਇੱਕ ਦੂਜੇ ਨੂੰ ਬਧੇਰੇ ਪਿਆਰ ਸਤਕਾਰ ਨਾਲ ਪੇਸ਼ ਆਉਂਦੇ ਛੋਟੇ ਨਿਆਣੇ ਭਾਬੀ ਦੇ ਚਾਹ ਵਿੱਚ ਸਭ ਕੰਮ ਹਾਸਤੇ ਹਾਸਤੇ ਕਰ ਲੈਂਦੇ ਸਕੂਲ ਜਾਣ ਵੇਲੇ ਵਿਟਰ ਦੇ ਨਾਲ ਇੱਕ ਦੂਜੇ ਨਾਲ ਝਗੜਾ ਨਾ ਕਰਦੇ ਬਖਤौरा ਬੜੇ ਧਿਆਨ ਨਾਲ ਤੁਰਦੀ ਫਿਰਦੀ ਬੋਟੀ ਨੂੰ ਵੇਖਦਾ ਉਹਨਾਂ ਦਿਨਾਂ ਵਿੱਚ ਉਹ ਮੱਖਣ ਦੀ ਮਾਂ ਨੂੰ ਨਵੇਂ ਸਾਫ਼ ਕੱਪੜੇ ਪਾਉਣ ਵਾਸਤੇ ਕਹਿੰਦਾ ਸੁਣਿਆ ਗਿਆ ਸੀ ਤੂੰ ਵੀ ਕਦੇ ਚੱਜ ਦਾ ਝੱਗਾ ਚੁੰਨੀ ਪਾ ਲਿਆ ਕਰ ਸਵੇਰੇ ਸਵੇਰੇ ਸਭ ਵਾਸਤੇ ਦਾਤਣਾ ਲਿਆ ਕੇ ਦਿੰਦਾ ਤੇ ਮੱਖਣ ਦੀ ਮਾਂ ਨੂੰ ਵੀ ਦਾਤਣ ਕਰਨ ਵਾਸਤੇ ਕੰਦਾ ਉਹਨਾਂ ਦਿਨਾਂ ਵਿੱਚ ਇੱਕ ਹੋਰ ਤਬਦੀਲੀ ਘਰ ਵਿੱਚ ਆਈ ਹੋਈ ਸੀ ਖੇਤੋਂ ਆ ਕੇ ਬਖਤੌਰਾ ਬੈਠਕ ਵਿੱਚ ਬੈਠ ਜਾਂਦਾ ਉਹਦੇ ਨਹਾਉਣ ਵਾਸਤੇ ਪਾਣੀ ਭੁੱਜ ਜਾਂਦਾ ਤੋਤੇ ਹੋਏ ਕੱਪੜੇ ਦਿੱਤੇ ਜਾਂਦੇ ਨਹਾ ਕੇ ਕੱਪੜੇ ਬਦਲ ਕੇ ਉਹ ਲੇਟਿਆ-ਲੇਟਿਆ ਰੋਟੀ ਦੀ ਉਡੀਕ ਕਰਦਾ ਸਭ ਨੂੰ ਥਾਂ-ਥਾਂ ਹੀ ਰੋਟੀ ਪਰੋਸ ਕੇ ਮੱਖਣ ਦੀ ਮਾਂ ਬਖਤੌਰੇ ਨੂੰ ਰੋਟੀ ਖਵਾਉਣ ਜਾਇਆ ਕਰਦੀ ਸੀ ਉਹ ਖਾਂਦਾ ਰਹਿੰਦਾ ਤੇ ਉਹ ਉਹਦੇ ਕੋਲ ਬੈਠੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਪਿੰਡ ਦੀ ਸਮਾਚਾਰ ਦੱਸਦੀ ਰਹਿੰਦੀ ਘਰ ਬਾਰੇ ਸਲਾਹਾਂ ਵੀ ਏਸੇ ਵਕਤ ਹੁੰਦੀਆਂ ਇੱਕ ਸ਼ਾਮ ਮੱਖਣ ਦੀ ਮਾਂ ਰੋਟੀ ਖਵਾਉਣ ਨਾ ਗਈ ਉਹਨੇ ਮੱਖਣ ਤੋਂ ਛੋਟੇ ਬੀਰੇ ਨੂੰ ਕਿਹਾ ਲੈਵੇ ਬੀਰਿਆ ਆਪਣੇ ਬਾਪੂ ਨੂੰ ਰੋਟੀ ਦੇ ਆ ਦੁੱਧ ਗਰਮ ਹੋਇਆ ਤਾਂ ਗੜਵੀ ਭਰ ਕੇ ਮੱਖਣ ਦੀ ਮਾਂ ਨੇ ਬੀਰੇ ਦੇ ਹੱਥ ਭੇਜ ਦਿੱਤੀ ਤੇਰੀ ਬੇਬੇ ਅਜ ਤਕੜੀ ਨਹੀਂ ਬਖਤੌਰੀ ਨੇ ਪੁੱਛਿਆ ਤਕੜੀ ਆ ਉਹ ਚੋਪ੍ਰਾ ਮੱਖਣ ਨੂੰ ਯਾਦ ਸੀ ਪਹਿਲਾਂ ਦੁੱਧ ਵੀ ਉਹਦੀ ਬੇਬੇ ਹੀ ਦੇਣ ਜਾਇਆ ਕਰਦੀ ਤੇ ਕਾਫੀ ਚਰ ਲਾ ਕੇ ਮੁੜਿਆ ਕਰਦੀ ਸੀ ਆ ਕੇ ਬਿਨਾ ਕਿਸੇ ਦੇ ਪੁੱਛਣ ਤੋਂ ਕਿਹਾ ਕਰਦੀ ਸੀ ਮੈਂ ਆਖਿਆ ਗੜਵੀ ਲੈ ਕੇ ਜਾਉ ਰਾਤ ਨੂੰ ਕੁੱਤੇ ਤੋਂ ਹੀ ਫਿਰਨਗੇ ਦੁੱਧ ਦੀ ਲਿਬੜੀ ਨੂੰ ਉਸ ਪਿੱਛੋਂ ਹਰ ਰੋਜ਼ ਕਦੀ ਕੋਈ ਤੇ ਕਦੀ ਕੋਈ ਬਖਤੌਰੇ ਵਾਸਤੇ ਰੋਟੀ ਤੇ ਦੁੱਧ ਲੈ ਕੇ ਜਾਂਦਾ ਉਹਨਾਂ ਦੀ ਬੇਬੇ ਆਪ ਨਾ ਜਾਂਦੀ ਇਕ ਰਾਤ ਬਖਤੌਰੀ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ। ਮੱਖਣ ਦੀ ਮਾਂ ਨੇ ਆਪ ਜਾ ਕੇ ਦੁੱਧ ਪੀਣ ਵਾਸਤੇ ਨਾ ਮਨਾਇਆ। ਅਗਲੀ ਰਾਤ ਵੀ ਤੇ ਫਿਰ ਹਰ ਰੋਜ਼ ਉਹ ਦੁੱਧ ਮੋੜ ਦਿੰਦਾ ਤੇ ਚੁੱਪ ਕਰਕੇ ਤੁਰਿਆ ਫਿਰਦਾ ਗੁਆਚੀ ਗਾਂ ਬਾੰਗ। ਇਹਨਾਂ ਦਿਨਾਂ ਵਿੱਚ ਮੱਖਣ ਨੇ ਮਾਂ ਪਿਓ ਨੂੰ ਦੋ ਤਿੰਨ ਵਾਰ ਕੋਸਰ-ਮੋਸਰ ਕਰਦੇ ਵੀ ਸੁਣਿਆ। ਉਸ ਨੂੰ ਵੇਖ ਕੇ ਉਹ ਚੁੱਪ ਹੋ ਜਾਂਦੇ ਜਿਵੇਂ ਕਿਸੇ ਭੇਤ ਵਾਲੀ ਗੱਲ ਤੇ ਬਹਿਸ ਕਰ ਰਹੇ ਹੋਣ। ਜਿੱਥੇ ਬਖਤੌਰਾ ਇਕੱਲਾ ਹੁੰਦਾ ਉਹ ਉੱਥੇ ਜਾਣ ਤੋਂ ਵੀ ਕਤਰਾਂਦੀ ਦੋ ਹਫ਼ਤੇ ਚੁੱਪ ਵੱਟ ਕੇ ਬਖਤੌਰੇ ਨੇ ਕਸਮ ਤੋੜ ਕੇ ਪੀਣੀ ਸ਼ੁਰੂ ਕਰ ਦਿੱਤੀ ਦਿਨ ਰਾਤ ਪੀਂਦਾ ਰਹਿੰਦਾ ਪਿਉਂਦਾ ਰਹਿੰਦਾ ਝਿਓਰਾਂ ਦਾ ਦੁੰਨਾ ਟਹਿਲ ਸੇਵਾ ਵਾਸਤੇ ਰੱਖ ਲਿਆ ਉਹ ਉਹਦੇ ਸਾਰੇ ਕੰਮ ਕਰਦਾ ਰੋਟੀ ਬਣਾਉਂਦਾ ਕੱਪੜੇ ਧੋਂਦਾ ਤੇ दारू ਲਿਆ ਕੇ ਦਿੰਦਾ ਲੋੜ ਪੈਣ ਤੇ ਗਾ ਕੇ ਵੀ ਸੁਣਾਉਂਦਾ ਹੁਣ ਉਹ ਰੋੜੀਏ ਚੌਂਕੀਦਾਰ ਦੀ ਵਿਧਵਾ ਨੂੰ ਲੈ ਆਇਆ ਤਾਂ ਮੱਖਣ ਨੂੰ ਘਰ ਦੀ ਬਰਬਾਦੀ ਦਿਸਣ ਲੱਗ ਪਈ ਟਰੈਕਟਰ ਵਾਸਤੇ ਜੋੜੀ ਰਕਮ ਖਤਮ ਹੋ ਗਈ ਤਾਂ ਜ਼ਮੀਨ ਵੇਚਣ ਤੇ ਉਤਰ ਆਇਆ ਮਾਂ ਮੇਰੀ ਉਮਰ ਕਿੰਨੀ ਹੈ ਮੱਖਣ ਨੇ ਅਚਾਨਕ ਪੁੱਛਿਆ ਆਉਂਦੇ ਭਾਦੋਂ ਨੂੰ 20 ਦਾ ਹੋ ਜਾਏਗਾ 20 ਤੇ 20 40 ਮੱਖਣ ਨੇ ਮਾਂ ਨੂੰ ਸੁਣਾ ਕੇ ਸੋਚਿਆ 40 ਜਾਂ ਇੱਕ ਅੱਧ ਸਾਲ ਫालतू ਹੋਵੇਗਾ ਬੇਬੇ ਤੈਨੂੰ 아이 ਨੂੰ ਕਿੰਨੇ ਵਰੇ ਹੋ ਗਏ ਮੱਖਣ ਨੇ ਦੂਜਾ ਸਵਾਲ ਕੀਤਾ ਮੈਂ ਕੋਈ ਵਈਆਂ ਫਰੋਲ ਦੀ ਬੈਠੀ ਐ ਜਾ ਕੇ ਪੁੱਛ ਲੈ ਜਿਹੜਾ ਲੈ ਕੇ ਆਇਆ ਸੀ ਮਾਂ ਨੇ ਚੜਕੇ ਗਿਆ ਵਈਆਂ ਵੀ ਹੁਣ ਫਰੋਲਣੀਆਂ ਪਹਿਣਗੀਆਂ ਇੱਕ ਹੋਰ ਲਿਆਈ ਬੈਠਾ ਉਹ ਇੱਕ ਦੀ ਥਾਂ 10 ਲੈ ਆਵੇ ਮੇਰੀ ਜੁੱਤੀ ਤੋਂ ਗੁੱਸੇ ਵਿੱਚ ਉਹ ਕਹਿ ਤਾਂ ਗਈ ਪਰ ਨਾਲ ਹੀ ਉਹਦੀ ਪੋਬ ਨਿਕਲ ਗਈ ਤੇਰੀ ਜੁੱਤੀ ਤੋਂ ਕਿਉਂ ਮੈਂ ਪੁੱਛਦਾ ਤੇਰੀ ਜੁੱਤੀ ਤੋਂ ਕਿਉਂ ਮੱਖਣ ਨੇ ਖਿੱਚ ਕੇ ਕਿਹਾ ਮੈਂ ਆਖਿਆ ਸੀ ਉਲਝਾਉਣ ਵਾਸਤੇ ਰੁੱਕ ਕੇ ਬੋਲੀ ਮੇਰਾ ਦਿਲ ਜਾਣਦਾ ਜਾਂ ਰੱਬ ਜਿਹੜਾ ਮੇਰਾ ਕਾਲਜਾ ਸਾੜਿਆ ਇਸ ਬੰਦੇ ਨੇ ਕਿਤੇ ਬਾਹਰ ਮੂੰਹ ਕੱਢਣ ਜੋਗੀ ਨਹੀਂ ਛੱਡਿਆ ਮੱਖਣ ਕੁਝ ਕਹਿੰਦਾ-ਕਹਿੰਦਾ ਚੁੱਪ ਹੋ ਗਿਆ ਰਾਤ ਨੂੰ ਮੱਖਣ ਨੇ ਬੋਟੀ ਨਾਲ ਗੱਲ ਕੀਤੀ ਬੋਟੀ ਨੇ ਮੱਖਣ ਨੂੰ ਸਮਝਾਇਆ ਕਿ ਬੇਬੇ ਬਾਪੂ ਕੋਲ ਜਾਣ ਤੂੰ ਕਿਉਂ ਘਤਰੌਂਦੀ ਹੈ ਬਾਪੂ ਜੀ ਨਾਲੋਂ ਬੇਬੇ ਜੀ ਨੂੰ ਸਮਝਾਉਣ ਦੀ ਬਹੁਤੀ ਲੋੜ ਹੈ ਪਰ ਉਹ ਆਪ ਅਜੇ ਕੱਲ ਆਈ ਹੈ ਸੱਸ ਨੂੰ ਕਿਵੇਂ ਸਮਝਾਵੇ ਮਾਂ ਪੁੱਤ ਦਾ ਰਿਸ਼ਤਾ ਹੀ ਐਸਾ ਹੈ ਪੁੱਤਰ ਬੇਸ਼ਰਮ ਕਿਵੇਂ ਬਣੇ ਸਿਰ ਤੋਂ ਪਾਣੀ ਲੰਗਦਾ ਵੇਖ ਕੇ ਚੌਥੇ ਦਿਨ ਮੱਖਣ ਨੇ ਕੁਝ ਰਿਸ਼ਤੇਦਾਰ ਇਕੱਠੇ ਕਰ ਲਏ ਕੁਝ ਪਿਓ ਦੀ ਨਜ਼ਦੀਕੀ ਕੁਝ ਮਾਂ ਦੀ ਹੁਣ ਸਮੱਸਿਆ ਬਣੀ ਕਿ ਬਖਤੌਰੇ ਨੂੰ ਸਭ ਦੇ ਸਾਹਮਣੇ ਪੇਸ਼ ਕਿਵੇਂ ਕੀਤਾ ਜਾਵੇ ਹਰ ਵੇਲੇ ਉਹ ਨਸ਼ੇ ਵਿੱਚ ਤੁੱਟ ਪਿਆ ਰਹਿੰਦਾ ਹੈ ਉਹਦੇ ਨਾਲ ਅਕਲ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ ਮੱਖਣ ਨੇ ਇਸ ਦਾ ਹੱਲ ਸੋਚ ਲਿਆ ਅੱਧੀ ਰਾਤ ਨੂੰ ਮੱਖਣ ਦਾ ਮਾਮਾ ਫੋਫੜ ਤੇ ਛੋਟਾ ਬੀਰਾ ਮੱਖਣ ਦੇ ਨਾਲ ਖੇਤ ਪੁੱਜੇ ਬਖਤੌਰਾ ਬੇਸੁਰਤ ਪਿਆ ਸੀ ਮੱਖਣ ਨੇ ਚੌਂਕੀਦਾਰਨੀ ਦੀ ਥੌਣ ਵਿੱਚ ਦੋ ਤਰ ਦਿੱਤੀਆਂ ਉਹ ਦੌੜ ਗਈ ਦੁੰਨਾ ਮੌਕੇ ਦੀ ਨਜਾਕਤ ਸਮਝਦਾ ਦੜਬੱਟ ਕੇ ਪਿਆ ਰਿਹਾ ਚਾਰਾ ਨੇ ਬਖਤੌਰੇ ਦਾ ਮੰਜਾ ਚੁੱਕਿਆ ਤੇ ਘਰ ਸਵਾਤ ਵਿੱਚ ਲਿਆ ਰੱਖਿਆ ਚੋਕਖੀਆਂ ਤੋਂਪਾਂ ਨਿਕਲਾਈਆਂ ਸਨ ਜਦ ਬਖਤੌਰੇ ਦੀ ਅੱਖ ਖੁੱਲੀ ਆਲੇ-ਦੁਆਲੇ ਦੇਖ ਕੇ ਉਹਨੇ ਰਜਾਈ 부ਗਾ ਕੇ ਮਾਰੀ ਤੇ ਛਾਲ ਮਾਰ ਕੇ ਫਰਸ਼ ਤੇ ਖੜਾ ਹੋ ਗਿਆ ਜੁੜੇ ਲੋਕਾਂ ਨੂੰ ਵੇਖ ਕੇ ਉਹ ਡਰ ਗਿਆ ਅੱਜ ਨਹੀਂ ਛੱਡਦੇ ਉਹ ਕੰਬ ਰਿਹਾ ਸੀ ਬਹਿ ਜਾ ਪੁੱਤ ਮੱਖਣ ਦੀ ਨਾਨੀ ਨੇ ਉਹਦਾ ਸਿਰ ਪਲੋਸ ਕੇ ਕਿਹਾ ਫੇਰ ਬਾਹਰ ਆਵਾਜ਼ ਦਿੱਤੀ ਲਿਆਓ ਨੀ ਕੁੜੀਓ ਚਾਹ ਬਖਤੌਰ ਸਿੰਘ ਵਾਸਤੇ ਚਾਹ ਤੇ ਪਾਣੀ ਦੇ ਗਲਾਸ ਆ ਗਏ ਬਖਤੌਰੇ ਨੇ ਪੀਣ ਤੋਂ ਇਨਕਾਰ ਕਰ ਦਿੱਤਾ ਢੰਗ ਨਾਲ ਖਤਮ ਕਰਨਾ ਚਾਹੁੰਦੇ ਹਨ ਉਹਨੇ ਸੋਚਿਆ ਲੈ ਮੇਰੇ ਆਖੇ ਪੀ ਲੈ ਨਾਨੀ ਨੇ ਕਿਹਾ ਮੈਨੂੰ ਤਾਂ ਤੂੰ ਪੁੱਤਾਂ ਨਾਲੋਂ ਵੀ ਵੱਧ ਪਿਆਰਾ ਏ ਧੀ ਦੇ ਕੇ ਪੁੱਤ ਬਣਾਇਆ ਤੈਨੂੰ ਨਾਨੀ ਦਾ ਗੱਜ ਚ ਪਰ ਗਿਆ ਬਣਾਇਆ ਹੋਊਗਾ ਉਹ ਬੇਟੀ ਏ ਤੇਰੀ ਧੀ ਲੈ ਜਾ ਬਖਤੌਰੇ ਨੇ ਦਿਲ ਕਰੜਾ ਕਰਕੇ ਕਿਹਾ ਮੱਖਣ ਨੇ ਨਾਨੀ ਵੱਲ ਦੇਖ ਕੇ ਉਹਨੂੰ ਹੋਰ ਗੱਲ ਕਰਨ ਤੋਂ ਰੋਕ ਦਿੱਤਾ ਲੈਓ ਮੈਨੂੰ ਫੜਾਓ ਦੋਵੇਂ ਗਲਾਸ ਮੱਖਣ ਨੇ ਦੋਵੇਂ ਗਲਾਸ ਫੜ ਲਏ ਅੱਧਾ ਪਾਣੀ ਪੀ ਕੇ ਤੇ ਅੱਧੀ ਚਾਹ ਪੀ ਕੇ ਬੋਲਿਆ ਲੈ ਬਾਪੂ ਹੁਣ ਤਾਂ ਪੀ ਲੈ ਜੇ ਵਿੱਚ ਕੁਝ ਪਾਇਆ ਹੋਊ ਤਾਂ ਦੋਵੇਂ ਮਰਾਂਗੇ ਮੱਖਣ ਦੀ ਆਵਾਜ਼ ਭਾਰੀ ਹੋ ਗਈ ਹੁਣ ਜੀਉ ਕੇ ਕਰਨਾ ਵੀ ਕੀ ਹੈ ਮਰਨ ਤੁਹਾਡੇ ਦੁਸ਼ਮਣ ਕੀ ਇਹੋ ਜੀਆਂ ਚੰਦਰੀਆਂ ਆਵਾਜ਼ਾਂ ਕੱਢਦੇ ਐ ਨਾਨੀ ਨੇ ਕਿਹਾ ਫੇਰ ਬਖਤੌਰੇ ਨੂੰ ਕਹਿਣ ਲੱਗੀ ਲੈ ਪੁੱਤ ਪੀ ਲੈ ਬੇਚੰਦਰੀਆ ਤੇਰਾ ਆਪ ਦਾ ਲਹੂ ਤੇਰੀ ਜਾਨ ਲਊਗਾ ਤੇਰੀ ਚਿੰਤਾ ਚ ਤਾਂ ਮੁੰਡੇ ਨੇ ਕਿੰਨੇ ਦਿਨਾਂ ਦਾ ਟੋਕ ਨਹੀਂ ਖਾਦਾ ਸਾਰੇ ਚੁੱਪ ਹੋ ਗਏ ਬਖਤੌਰਾ ਬੈਠ ਗਿਆ ਪਹਿਲਾਂ ਪਾਣੀ ਤੇ ਫਿਰ ਚਾਹ ਪੀਣ ਲੱਗ ਪਿਆ ਮੱਖਣ ਨੇ ਆਲੇ ਦੁਆਲੇ ਦੇਖਿਆ ਉਹਦੀ ਬੇਬੇ ਨਾ ਦੇ ਸੀ ਹੁਣ ਹੈ ਇੱਥੇ ਕਾਹਨੂੰ ਜਾ ਬੈਠੀ ਅੰਦਰ ਨਹੀਂ ਆਉਣਾ ਮੱਖਣ ਨੇ ਇਸ ਤਰ੍ਹਾਂ ਕਿਹਾ ਜਿਵੇਂ ਸਾਰਾ ਮਾਮਲਾ ਉਹਦੀ ਮਾਂ ਦੇ ਆਉਣ ਨਾਲ ਹੀ ਸੋਲਝਣਾ ਹੋਵੇ ਲੈ ਆ ਗਈ ਮੱਖਣ ਦੀ ਮਾਂ ਨੇ ਬੂਹੇ ਵਿੱਚੋਂ ਤੌਣ ਅੰਦਰ ਕਰਕੇ ਕਿਹਾ ਦੱਸ ਕੀ ਕਰਨਾ ਮੇਰਾ ਕਿਉਂ ਹੋਕਰੇ ਦਿਨਾ ਮੱਖਣ ਦੀ ਮਾਂ ਨੇ ਇਉਂ ਕਿਹਾ ਜਿਵੇਂ ਉਹਨੂੰ ਪਤਾ ਹੀ ਨਾ ਹੋਵੇ ਝਗੜਾ ਕੀ ਹੈ ਤੈਨੂੰ ਨਹੀਂ ਪਤਾ ਕੀ ਕਰਨਾ ਤੇਰਾ ਮੱਖਣ ਨੇ ਕਿਹਾ ਤੇਰੇ ਹੀ ਤਾਂ ਸਾਰੇ ਪਿੱਟਣੇ ਪਏ ਆ ਆਂਦੀ ਐ ਕੀ ਕਰਨਾ ਮੇਰਾ ਮੱਖਣ ਨੇ ਸ਼ੁਰੂ ਤੋਂ ਹੀ ਪਿਓ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ ਜਿਵੇਂ ਉਹਨੂੰ ਦਿਸਦਾ ਹੋਵੇ ਜੋ ਕੁਝ ਉਸਨੇ ਇਸ ਹਾਲਤ ਵਿੱਚ ਕੀਤਾ ਹੈ ਠੀਕ ਹੀ ਕੀਤਾ ਹੈ ਟਰੈਕਟਰ ਦੀ ਰਕਮ ਨਾਲ ਉਹਨੂੰ ਜ਼ਮੀਨ ਦੀ ਬਹੁਤੀ ਚਿੰਤਾ ਸੀ ਚੁੱਪ ਕਰਕੇ ਬੈਠਾ ਰਹਿ ਮਾਂ ਬੋਲੀ ਪਾਏ ਆ ਮੇਰੇ ਪਟਣੇ ਇਹਨਾਂ ਨੂੰ ਚੁੱਪ ਕਰਕੇ ਬੈਠਣ ਵਾਸਤੇ ਇਕੱਠੇ ਕੀਤਾ ਮੱਖਣ ਨੇ ਸਾਰਿਆਂ ਵੱਲ ਇਸ਼ਾਰਾ ਕਰਕੇ ਕਿਹਾ ਚੰਗਾ ਪਾ ਰੌਲਾ ਨਾ ਕਰ ਚੁੱਪ ਕੋਠੇ ਤੇ ਚੜਕੇ ਵਜਾ ਢੋਲ ਢੋਲ ਵੱਜਣ ਵਿੱਚ ਕੋਈ ਕਸਰ ਰਹਿ ਗਈ ਏ ਅਜੇ ਹੋਰ ਵਜਾਉਣ ਨੂੰ ਆਂਦੀ ਆ ਮੱਖਣ ਨੇ ਕਿਹਾ ਤੂੰ ਪਿਓ ਨਾਲ ਗੱਲ ਕਰ ਮੱਖਣ ਇਹਨੂੰ ਵਿਚਾਰੀ ਨੂੰ ਕਿਉਂ ਕੁੱਦ-ਕੁੱਦ ਪੈਣਾ ਮੱਖਣ ਦੇ ਮਾਮੇ ਨੇ ਭੈਣ ਦੀ ਲਾਹ ਪਾ ਹੁੰਦੀ ਵੇਖ ਕੇ ਕਿਹਾ ਦੋਹਾਂ ਨਾਲ ਕਰਨੀ ਪਊਗੀ ਤੇ ਬੇਬੇ ਨਾਲ ਬਹੁਤੀ ਮੱਖਣ ਨੇ ਦ੍ਰਿੜਤਾ ਨਾਲ ਕਿਹਾ ਕਰ ਪੁੱਤ ਕਰ ਨਾਨੀ ਨੇ ਤੈਅਤ ਕੀਤੀ ਤੂੰ ਹੁਣ ਸੁਖ ਨਾਲ ਸਿਆਣਾ ਹੋ ਗਿਆ ਹੈ ਦੋਹਾਂ ਨੂੰ ਸਮਝਾਉਣ ਜਾਊਗਾ ਫੇਰ ਰੁੱਕ ਕੇ ਬੋਲੀ ਇਹ ਤਾਂ ਠੰਡੇ ਦੁੱਧ ਨੂੰ ਫੂਕਾ ਮਾਰ-ਮਾਰ ਕੇ ਪੀਂਦੇ ਐ ਇਹੋ ਜਿਹਾ ਸਲੱਗ ਥੋੜਾ ਪੁੱਤ ਨਿਕਲਿਆ ਜਿਨੇ ਜੰਮ ਦੇ ਸਾਰਾ ਖਲਜਗਲ ਸੰਭਾਲ ਲਿਆ ਤੇ ਥੋਨੂੰ ਬੇਲੇ ਛੱਡਤਾ ਲੜਨ ਵਾਸਤੇ ਮਾਪਿਓ ਔਲਾਦ ਨੂੰ ਸਮਝਾਉਂਦੇ ਤਾਂ ਵੇਖੇ ਸੀ ਇੱਥੇ ਉਲਟੀ ਰਵੀਰਾ ਚੱਲ ਪਿਆ ਇੱਕ ਵਾਰ ਫੇਰ ਚੁੱਪ ਵਰਤ ਗਈ ਕੀ ਝਗੜਾ ਥੋੜਾ ਮੱਖਣ ਦੇ ਫੋਫੜ ਨੇ ਚੁੱਪ ਤੋੜੀ ਕੀ ਹੋਣਾ ਸੀ ਵੀਰ ਐਵੇਂ ਵਾਧੂ ਚ ਟੋਕ ਨਹੀਂ ਹਜਮ ਹੁੰਦਾ ਮੱਖਣ ਦੀ ਬੇਬੇ ਬੋਲੀ ਬੇਬੇ ਗੱਲ ਸੁਣੀ ਸਿਆਣੀ ਬਣ ਕੇ ਮੱਖਣ ਨੂੰ ਸੋਝਨੀ ਸੀ ਰਿਆ ਬਡੇਰੀ ਉਮਰ ਦੇ ਲੋਕਾਂ ਵਿੱਚ ਕਿਵੇਂ ਗੱਲ ਕਰੇ ਤੂੰ ਸਾਨੂੰ ਲੋਕਾਂ ਦੇ ਸੀਰੀ ਲੱਗੇ ਦੇਖਣਾ ਚਾਹੁੰਨੀ ਆ ਜਾਂ ਸਰਦਾਰੀ ਕਰਦੇ ਇਹ ਪੁੱਛਣ ਵਾਲੀ ਗੱਲ ਹੈ ਮਾਂ ਡੈਨ ਹੋਊਗੀ ਤਾਂ ਔਲਾਦ ਵਾਸਤੇ ਨਹੀਂ ਬੇਬੇ ਨੇ ਕਿਹਾ ਫੇਰ ਤੂੰ ਬਾਪੂ ਨੂੰ ਰੋਟੀ ਟੁੱਕ ਕਿਉਂ ਨਹੀਂ ਫੜਾਉਂਦੀ ਕਿਉਂ ਚਰਦੇ ਬਾਗ ਚ ਸ਼ੀਪ ਆਉਣੀ ਹੈ ਮੱਖਣ ਨੇ ਜਿਹੜੀ ਗੱਲ ਬਹੁਤ ਔਖੀ ਸੋਚੀ ਸੀ ਉਹ ਬੜੀ ਸੌਖੀ ਤਰ੍ਹਾਂ ਆਖੀ ਗਈ ਮੈਂ ਪਾਈਏ ਚਰ ਦੇ ਵਗਚ ਸੀ ਮੱਖਣ ਦੀ ਮਾਂ ਨੇ ਹੱਟ ਕਰਨ ਵਾਂਗ ਕਿਆ ਤੂੰ ਹੀ ਸਾਰਾ ਕੰਮ ਖਰਾਬ ਕੀਤਾ ਮੱਖਣ ਨੇ ਗਰਮ ਹੋ ਕੇ ਕਿਆ ਲੈ ਬੇ ਬੀਰਿਆ ਪਿਓ ਨੂੰ ਰੋਟੀ ਦੇਆ ਲੈਵੇ ਛਿੰਦਿਆ ਪਿਓ ਨੂੰ ਦੁੱਧ ਦੇਆ ਮੱਖਣ ਨੇ ਮਾਂ ਦੀ ਸਾੰਗ ਲਾਈ ਤੇ ਆਪਣੀ ਗੱਲ ਦਾ ਅਸਰ ਦੇਖਣ ਵਾਸਤੇ ਸਭ ਦੇ ਮੁਹਾਵਲ ਦੇਖਿਆ ਤੇਰੇ ਤੋਂ ਨਹੀਂ ਫੜਾਈ ਜਾਂਦੀ ਰੋਟੀ ਹੁਣ ਅੱਖੇ ਨੂ ਆ ਗਈ ਐ ਮੈਂ ਪੁੱਛਦਾ ਨੂ ਦੇ ਅਨੁਸਾਰ ਇਹ ਬਖਤੌਰਾ ਮੇਰਾ ਪਿਓ ਇੱਕ ਦਿਨ ਜੀ ਸੱਤਰ ਬਤਰਿਆ ਗਿਆ ਲੋਕ ਦੀ ਫਿਰਦੀ ਹੈ ਜਿਵੇਂ ਕੰਜਰ ਹੋਵੇ ਇਹ ਮੱਖਣ ਗਰ ਗਿਆ ਮੱਖਣ ਦੀ ਮਾਂ ਦੇ ਹੰਝੂ ਵਗ ਤੁਰੇ ਸਾਰੇ ਚੁੱਪ ਹੋ ਗਏ ਨਾਨੀ ਬੋਲੀ ਕੁੜੀਏ ਮੁੰਡਾ ਸੱਚ ਕਲਪਦਾ ਪੱਤਾ ਪਨਾ ਕੇ ਕਿਸੇ ਵੱਟ ਤੁਰਿ ਫਰੀ ਕਿਸੇ ਨੇ ਟਕੇ ਦਾ ਨਹੀਂ ਮਣ ਵਿਆਣਾ ਬੰਦੇ ਦੇ ਸਿਰ ਤੇ ਤੀਵੀਂ ਰਾਜ ਕਰਦੀ ਹੁੰਦੀ ਏ ਤੇ ਬੰਦਾ ਤੂੰ ਕਰਤਾ ਦੂਰ ਇਓ ਕਿਵੇਂ ਗੱਲ ਬਣੋ ਮੱਖਣ ਦੀ ਮਾਂ ਉੱਠ ਕੇ ਬਾਹਰ ਜਾਣ ਲੱਗੀ ਤਾਂ ਮੱਖਣ ਨੇ ਰੋਕ ਲਿਆ ਹੁਣ ਗੱਲ ਕਿਸੇ ਬੰਨੇ ਲਾ ਕੇ ਬਾਹਰ ਜਾਇ ਤੈਨੂੰ ਕੋਈ ਸਮਝ ਆਈ ਕਿ ਨਹੀਂ ਕੋਈ ਤੇਰਾ ਇਤਰਾਜ ਹੈ ਤਾਂ ਹੁਣ ਦੱਸ ਦੇ ਮੱਖਣ ਨੇ ਨਰਮ ਪੈ ਕੇ ਕਿਹਾ ਸ਼ਰਮਸਾਰ ਹੋਈ ਉਹ ਉੰਦੀ પા ਕੇ ਬੈਠੀ ਰਹੀ ਇਹਨੂੰ ਕੀ ਇਤਰਾਜ ਹੋਣਾ ਨਾਨੀ ਨੇ ਧੀਰਵ ਨਾਲ ਯਕੀਨ ਦਵਾਇਆ ਇਹਦਾ ਡਰ ਮੈਂ ਦੂਰ ਕਰ ਦਊਗੀ ਇਹਦਾ ਡਰ ਵੀ ਸੱਚ ਹੈ ਪਰ ਭਾਈ ਬੀਬੀ ਆਪ ਦਾ ਘਰ ਸੰਭਾਲਾ ਜੱਗ ਹਸਾਈ ਨਾ ਕਰਵਾਓ ਬਖਤੌਰ ਸਿੰਘ ਦੀ ਉਮਰ ਦੇ ਤਾਂ ਕਿਸੇ ਦੇ ਆਖਣ ਵਾਂਗੂ ਹਲੇ ਕੁਆਰੇ ਫਿਰਦੇ ਐ ਪਰ ਇਹ ਬੋਲਦੀ ਕਿਉਂ ਨਹੀਂ ਮੱਖਣ ਨੇ ਗੁੱਸਾ ਦੁਬਾ ਕੇ ਕਿਹਾ ਬੋਲਾਂ ਕੀ ਤੂੰ ਤਾਂ ਬੇਸ਼ਰਮ ਹੋ ਗਿਆ ਮੇਰੇ ਤੋਂ ਨਹੀਂ ਤੇਰੇ ਵਾਂਗੂ ਜੀਵ ਮਾਰੀ ਜਾਂਦੀ ਮੱਖਣ ਦੀ ਬੇਬੇ ਨੇ ਅਸਹਿਮਤ ਹੋ ਕੇ ਸਹਿਮਤੀ ਪ੍ਰਗਟ ਕਰ ਦਿੱਤੀ ਮੈਂ ਜਿਨ੍ਹਾਂ ਦਾ ਭਲਾ ਸੋਚਦੀ ਸੀ ਉਹੀ ਆਨੇ ਕੱਢਦੇ ਆ ਇੱਕ ਵਾਰ ਫੇਰ ਸਾਰੇ ਚੁੱਪ ਹੋ ਗਏ ਸ਼ਾਇਦ ਇਹ ਸੋਚਣ ਵਾਸਤੇ ਕਿ ਮੱਖਣ ਦੀ ਮਾਂ ਕਿਵੇਂ ਭਲਾ ਸੋਚਦੀ ਸੀ ਮੱਖਣ ਨੂੰ ਮਾਂ ਉਤੇ ਤਰਸ ਆ ਗਿਆ ਫਿਰ ਉਹ ਪਿਓ ਉਤੇ ਵਰ ਪਿਆ ਅੱਛਾ ਸਾਹ ਪਿਤਾ ਜੀ ਮੱਖਣ ਨੇ ਤਿੱਖੀ ਨਸ਼ਤਰ ਚਬੋਈ ਮੇਰਾ ਯਾਰ ਪੁੱਤ ਮੇਰਾ ਭਰਾਮਾ ਵਰਗਾ ਪੁੱਤ ਆਂਦੇ ਦਾ ਮੂੰਹ ਨਹੀਂ ਸੀ ਥੱਕਦਾ ਮੈਂ ਪੁੱਛਦਾ ਯਾਰ ਪੁੱਤ ਨਾਲ ਇੱਕ ਵਾਰ ਵੀ ਗੱਲ ਨਾ ਕੀਤੀ ਗਈ ਮੋਲ ਦੀ ਤੀਵੀ ਲਿਆ ਕੇ ਲੋਕਾਂ ਨੂੰ ਦੋਲਾ ਬਣ ਬਣ ਕੇ ਵਿਖਾਉਣਾ ਆਪ ਦੀ ਟੱਬਰ ਤੋਂ ਰੋਟੀ ਨਾ ਲਈ ਗਈ ਮੱਖਣ ਉਬਲਦੀ ਲੋਕ ਵਾਂਗ ਬੁਲਬੁਲੇ ਛੱਡਣ ਲੱਗਿਆ ਜੇ ਬਹੁਤਾ ਹੀ ਔਖਾ ਹੈ ਤਾਂ ਦੂਜਾ ਵਿਆਹ ਕਰ ਦਿੰਨੇ ਆ ਤੇਰਾ ਸਿੱਧੀ ਤਰ੍ਹਾਂ ਕਰ ਲਿਆ ਕੇ ਰੱਖ ਨਾਲੇ ਇਹਨੂੰ ਮੇਰੀ ਮਾਂ ਨੂੰ ਅਕਲ ਆ ਜਾਵੇ ਬਖਤੌਰਾ ਰਜਾਈ ਲੈ ਕੇ ਲੇਟ ਗਿਆ ਚੁੱਪ ਬਹੁਤ ਚੰਗਣੀ ਹੋ ਗਈ ਮੱਖਣ ਦੀ ਨਾਨੀ ਨੇ ਮੱਖਣ ਨੂੰ ਨਰਮ ਹੋਣ ਵਾਸਤੇ ਇਸ਼ਾਰਾ ਕੀਤਾ ਤਣਾਅ ਘੱਟ ਕਰਨ ਵਾਸਤੇ ਮੱਖਣ ਨੇ ਛੋਟੇ ਭਰਾ ਨੂੰ ਕਿਹਾ ਜਾ ਵੀਰਿਆ ਖੇਤੋਂ ਸਾਹਬ ਦੇ ਕੋਟ ਚੁੱਕ ਲਿਆ ਸੰਦੂਕ ਵਿੱਚ ਸਾਂਭ ਕੇ ਰੱਖ ਦਿਓ ਬੇਬੇ ਨੇ ਰੋਟੀ ਨਾ ਫੜਾਈ ਤਾਂ ਫੇਰ ਕੰਮ ਆਉਣਗੇ ਸਾਰੇ ਹਸਪੈ ਨਾਨੀ ਵੀ ਹਸ ਪਈ ਬਖਤੌਰੀ ਦੀ ਰਜਾਈ ਹਿੱਲੀ ਰਸੋਈ ਵਿੱਚੋਂ ਮੱਖਣ ਦੀ ਬੋਟੀ ਦਾ ਹਾਸਾ ਸੁਣਾਈ ਦਿੱਤਾ ਕਿਵੇਂ ਗੱਲਾਂ ਆਉਂਦੀਆਂ ਬੇਸ਼ਰਮ ਨਾਲ ਮੱਖਣ ਦੀ ਮਾਂ ਦਾ ਮੂੰਹ ਲਾਲ ਹੋ ਗਿਆ ਕੀ ਰਾਂ ਹੀ ਸਿਆਣਾ ਬਣ ਲੱਗਿਆ ਉਹ ਮੁਸਕਰਾ ਪਈ ਬਖਤੌਰਾ ਰਜਾਈ ਲੈ ਕੇ ਪਿਆ ਰਹਾ ਲੈ ਫੜ ਮੱਖਣ ਦੀ ਮਾਂ ਬਾਰੋ ਰੋਟੀ ਬੜਾ ਥਾਲ ਲਿਆ ਕੇ ਬੋਲੀ ਲੈ ਖਾ ਲੈ ਜੇ ਮੇਰੇ ਹੱਥੋਂ ਬਾੜੀ ਸਵਾਲ ਲੱਗਦੀ ਐ ਤਾਂ ਮੈਂ ਖਵਾ ਦਿਆ ਕਰੂੰ ਤੈਨੂੰ ਬਖਤੌਰਾ ਉੱਠ ਕੇ ਬੈਠ ਗਿਆ ਥਾਲੀ ਫੜ ਕੇ ਟਪਾਈ ਤੇ ਰੱਖ ਦਿੱਤੀ ਬੁਰਕੀ ਤਾਂ ਆਪ ਪਾ ਲਏਗਾ ਕਿ ਬੇਬੀ ਬਾਵੇ ਤੇ ਮੱਖਣ ਨੇ ਵਿਅੰਗ ਨਾਲ ਕਿਹਾ ਸਾਰਿਆਂ ਨੇ ਹੱਸਦੇ ਹੱਸਦੇ ਬਖਤੌਰੇ ਵੱਲ ਦੇਖਿਆ ਤਾਂ ਚੁੱਪ ਹੋ ਗਏ ਪਰ ਬਖਤੌਰਾ ਉਸ ਵਕਤ ਰੋ ਰਿਹਾ ਸੀ ਸ਼ੁਕਰੀਆ ਦੋਸਤੋ